ਸਦੀਆਂ ਤੋਂ ਪ੍ਰਚਲਿਤ ਰਾਗ ਸਾਰੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 26ਵਾਂ ਰਾਗ ਹੈ। ਇਸ ਰਾਗ ਦਾ ਸੁਭਾਅ ਠੰਡਕ ਦੇਣ ਵਾਲਾ ਹੈ, ਇਸ ਕਰਕੇ ਇਸ ਰਾਗ ਨੂੰ ਦੁਪਹਿਰ ਦੇ ਸਮੇਂ ਗਾਇਆ ਜਾਂਦਾ ਹੈ। ਇਸ ਰਾਗ ਦੇ ਵਿੱਚ ਗਾਤੇ ਦਾ ਵਰਜਿਤ ਨੇ ਦੋਨੋਂ ਨੀ ਇਸ ਰਾਗ ਵਿੱਚ ਵਰਤੇ ਜਾਂਦੇ ਹਨ। ਇਸ ਰਾਗ ਦਾ ਥਾਟ ਕਾਫੀ ਹੈ, ਵਾਦੀ ਸਰੇ ਸੰਵਾਦੀ ਸਰਪਾ ਗਾਇਨ ਸਮੇਂ ਦਿਨ ਦਾ ਤੀਸਰਾ ਪਹਿਰ ਹੈ ਅਤੇ ਜਾਤੀ ਔਰਵ ਔਰਵ ਹੈ। ਇਸ ਰਾਗ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਭਗਤਾਂ ਵਿੱਚੋਂ ਭਗਤ ਬੀਰ ਜੀ, ਭਗਤ ਨਾਮਦੇਵ ਜੀ, ਭਗਤ ਸੂਰਦਾਸ ਜੀ ਅਤੇ ਪਰਮਾਨੰਦ ਜੀ ਦੀ ਇਸ ਰਾਗ ਵਿੱਚ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 55 ਪੜਤਾਲਾਂ ਵਿੱਚੋਂ ਸਭ ਤੋਂ ਵੱਧ ਪੜਤਾਲਾਂ ਰਾਗ ਸਾਰੰਗ ਵਿੱਚ ਮਿਲਦੀਆਂ ਨੇ। ਅਸ਼ਟਪਦੀਆਂ ਤੋਂ ਇਲਾਵਾ ਇਸ ਰਾਗ ਵਿੱਚ ਵਾਰਤੇ ਛੰਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪਰਮ ਸਤਿਕਾਰਯੋਗ ਸਤ ਸੰਗਤ ਜੀਓ, ਇਹ ਪਾਵਨ ਸ਼ਬਦ ਜਪ ਮਨ ਨੇ ਭਉ ਸਤ ਸਤ ਸਦਾ ਸਤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਰਾਗ ਸਾਰੰਗ ਵਿੱਚ ਚਾਰਨ ਕੀਤਾ ਗਿਆ ਹੈ। ਇਹ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1201 'ਤੇ ਸਪਾਇਮਾਨ ਹੈ। ਗੁਰਮਿਤ ਸੰਗੀਤ ਚੌਂਕੀ ਪਰੰਪਰਾ ਅਨੁਸਾਰ ਅਸੀਂ ਇਸ ਸ਼ਬਦ ਦੀ ਸ਼ੁਰੂਆਤ ਸ਼ਾਨ ਜਾ ਕੇ ਕਰਾਂਗੇ, ਉਪਰੰਤ ਮੰਗਲਾ ਚਾਰਨ ਅਤੇ ਫਿਰ ਪੜਤਾਲ ਸ਼ੈਲੀ ਅਨੁਸਾਰ ਅਸੀਂ ਇਸ ਸ਼ਬਦ ਨੂੰ ਦੀਨਤਾ, ਰੂਪਕਤਾ, ਏਕਤਾ ਵਿੱਚ ਗਾਵਾਂਗੇ ਅਤੇ ਸਮਾਪਤੀ ਪੌੜੀ ਗਾ ਕੇ ਕਰਾਂਗੇ ਜੀ। ਆਓ ਪ੍ਰੇਮ ਸਹਿਤ ਸਰਵਣ ਕਰੋ ਜੀ, ਜਪ ਮਨ ਨਿਰਭਉ ਸਤ ਸਤ ਸਦਾ ਸਤ। Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।